ਅੱਜ ਦੇ ਸਮੇਂ ਦੇ ਵਿੱਚ ਇੰਨਾ ਪਾਪ ਵਧਿਆ ਹੈ, ਇੰਨੇ ਹਾਲਾਤ ਵਿਗੜੇ ਨੇ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਹੋ ਗਈ ਹੈ। ਬਹੁਤ ਸਾਰੇ ਇਨਸਾਨ ਸੋਚਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕਿਆ, ਮੈਨੂੰ ਸ਼ਾਇਦ ਜੀਣਾ ਨਹੀਂ ਚਾਹੀਦਾ। ਔਰ ਅਸੀਂ ਵਚਨ ਦੇ ਵਿੱਚ ਸਿੱਖਾਂਗੇ ਕਿ ਪਰਮੇਸ਼ਵਰ ਨੇ ਜਦੋਂ ਦੁਨੀਆ ਬਣਾਈ ਤਾਂ ਪਰਮੇਸ਼ਵਰ ਆਪਣੇ ਮਨ ਦੇ ਵਿੱਚ ਕੀ ਸੋਚਦਾ ਹੈ, ਕੀ ਆ ਪਰਮੇਸ਼ਵਰ ਦਾ ਵਚਨ ਕੀ ਦੱਸਦਾ ਹੈ। ਕਹਿੰਦਾ ਜਦੋਂ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਔਰ ਦੁਖੀ ਹੋਇਆ, ਆਪਣੇ ਹੱਥਾਂ ਦੇ ਨਾਲ ਇਨਸਾਨ ਨੂੰ ਬਣਾਇਆ ਔਰ ਪਰਮੇਸ਼ਵਰ ਆਪਣੇ ਦੁਖੀ ਹੋਇਆ, ਇਨਸਾਨ ਦੀ ਗਲਤੀਆਂ ਤੋਂ ਇਨਸਾਨ ਦੇ ਕੰਮਾਂ ਤੋਂ ਦੁਖੀ ਹੋਇਆ। ਅੱਜ ਵੀ ਪਰਮੇਸ਼ਵਰ ਦੁਖੀ ਹੈ, ਬਹੁਤ ਸਾਰੀ ਦੁਨੀਆਂ ਨੂੰ ਧਰਤੀ ਤੇ ਭੇਜਦਾ ਹੈ, ਬਹੁਤ ਸਾਰੇ ਪਰਮੇਸ਼ਵਰ ਦੇ ਪਿੱਛੇ ਨਹੀਂ ਚੱਲਦਾ, ਪਰਮੇਸ਼ਵਰ ਨਾਲ ਤੋਂ ਦੁਖੀ ਹੈ, ਦੁੱਖ ਦੇ ਵਿੱਚ ਇਹਨਾਂ ਨੂੰ ਮੈਂ ਭੇਜਿਆ ਹੈ, ਮਿੱਟੀ ਤੋਂ ਤਿਆਰ ਕੀਤਾ ਹੈ, ਆਪਣੇ ਇਹਨਾਂ ਹੱਥਾਂ ਦੇ ਨਾਲ ਬਣਾਇਆ ਹੈ। ਔਰ ਪਰਮੇਸ਼ਵਰ ਪਛਤਾਇਆ, ਰੰਜ ਹੋਇਆ। ਕੀ ਲਿਖਿਆ? ਤਾਂ ਯਹੋਵਾ ਨੂੰ ਆਦਮੀ ਨੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਤੇ ਮਨ ਵਿੱਚ ਦੁਖੀ ਹੋਇਆ, ਦਿਲ ਦੇ ਵਿੱਚ ਮਨ ਦੇ ਵਿੱਚ ਦੁਖੀ ਹੋਇਆ। ਪਰਮੇਸ਼ਵਰ ਨੇ ਆਪਣੇ ਮਨ ਦੇ ਵਿੱਚ ਦਿਲ ਦੇ ਵਿੱਚ ਸੋਚਿਆ ਕਿ ਮੈਂ ਇਨਸਾਨ ਨੂੰ ਬਣਾਇਆ ਹੈ, ਇਨਸਾਨ ਨੇ ਮੈਨੂੰ ਕੀ ਦਿੱਤਾ, ਮੇਰੀ ਮਹਿਮਾ ਆਰਾਧਨਾ ਵਡਿਆਈ ਨਹੀਂ ਕੀਤੀ, ਮੈਨੂੰ ਭੁੱਲ ਬੈਠਾ ਹੈ। ਅੱਜ ਇਨਸਾਨ ਇੱਦਾਂ ਕਰਦਾ ਹੈ, ਪਰਮੇਸ਼ਵਰ ਦੁਖੀ ਹੈ। ਅੱਜ ਬਹੁਤ ਸਾਰੀ ਦੁਨੀਆਂ ਤੋਂ ਪਰਮੇਸ਼ਵਰ ਦੁਖੀ ਹੈ, ਲੋਕ ਧਰਤੀ ਤੇ ਆਏ ਚਲੇ ਗਏ, ਕਿੰਨੇ ਪਰਮੇਸ਼ਵਰ ਨੂੰ ਜਾਣਿਆ, ਕਿੰਨੇ ਪਿੱਛੇ ਚੱਲਿਆ, ਕਿੰਨੀ ਮਹਿਮਾ ਕੀਤੀ, ਆਰਾਧਨਾ ਕੀਤੀ, ਲੋਕ ਆਏ ਪਾਪ ਕਰਕੇ ਚਲੇ ਗਏ। ਕੋਈ ਪਰਮੇਸ਼ਵਰ ਦੇ ਪਿੱਛੇ ਜਾਣਾ ਪਸੰਦ ਨਹੀਂ ਕਰਦਾ, ਪਰਮੇਸ਼ਵਰ ਦੇ ਮਰਜ਼ੀ ਤੇ ਚੱਲਣਾ ਕੋਈ ਨਹੀਂ ਚਾਹੁੰਦਾ। ਔਰ ਅੱਜ ਇਨਸਾਨ ਆਪਣੇ ਹੱਥਾਂ ਦੇ ਨਾਲ ਕੋਈ ਵੀ ਕੰਮ ਕਰਦਾ ਹੈ, ਮਿਹਨਤ ਕਰਦਾ, ਵਿਅਰਥ ਹੈ, ਪੈਸਾ ਆਇਆ ਚਲਾ ਗਿਆ, ਵਿਅਰਥ ਹੈ, ਜ਼ਿੰਦਗੀ ਕੱਟਦੀ ਜਾ ਰਹੀ ਹੈ, ਇਨਸਾਨ ਦੀ ਉਮਰਾਂ ਜਿਹੜੀਆਂ ਨੇ ਕੱਟਦੀਆਂ ਜਾ ਰਹੀਆਂ ਨੇ, ਪਰਮੇਸ਼ਵਰ ਦੁਖੀ ਹੋਇਆ, ਉਮਰਾਂ ਕੱਟੀਆਂ। ਕਦੋਂ ਕੱਟੀਆਂ? ਜਦੋਂ ਇਨਸਾਨ ਨੇ ਆਪਣੀਆਂ ਇੱਛਾਵਾਂ ਤੇ ਚੱਲਿਆ, ਆਪਣੀਆਂ ਮਨ ਮਰਜ਼ੀਆਂ ਕੀਤੀਆਂ, ਪਰਮੇਸ਼ਵਰ ਦੇ ਜ਼ਿੰਦਗੀ ਆਪਣੀ ਲੇਖੇ ਨਹੀਂ ਲਾਈ। ਸਮਝ ਲੱਗ ਰਹੀ ਹੈ? ਕਿੰਨੇ ਜਨ ਪਰਮੇਸ਼ਵਰ ਦੇ ਪਿੱਛੇ ਚੱਲਦੇ ਨੇ, ਧਰਮੀ ਜਨ ਨੇ, ਔਰ ਬਹੁਤ ਸਾਰੀ ਦੁਨੀਆਂ ਤੋਂ ਪਰਮੇਸ਼ਵਰ ਦੁਖੀ ਹੋਇਆ, ਬਹੁਤ ਸਾਰੀ ਦੁਨੀਆਂ ਬਣੇ। ਜਦੋਂ ਪਰਮੇਸ਼ਵਰ ਧਰਤੀ ਤੇ ਨਿਗਾਹ ਮਾਰਦਾ, ਇੱਕ ਇੱਕ ਵੱਲ ਧਿਆਨ ਮਾਰਦਾ ਹੈ, ਇੱਕ ਇੱਕ ਵੱਲ ਦੇਖਦਾ ਹੈ, ਕੌਣ ਮੈਨੂੰ ਕਿੰਨਾ ਪ੍ਰੇਮ ਪਿਆਰ ਕਰਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਬੱਚੇ ਕਿੰਨਾ ਪ੍ਰੇਮ ਪਿਆਰ ਕਰਦੇ ਨੇ, ਮਾਤਾ ਪਿਤਾ ਸੋਚਦੇ ਨੇ ਕਿ ਬੱਚੇ ਇਹ ਮੇਰਾ ਬੇਟਾ ਬੇਟੀ ਮੈਨੂੰ ਕਿੰਨਾ ਪ੍ਰੇਮ ਪਿਆਰ ਕਰਦਾ ਹੈ। ਸਮਝ ਲੱਗ ਰਹੀ ਹੈ? ਏਦਾਂ ਪਰਮੇਸ਼ਵਰ ਵੀ ਦੇਖਦਾ ਹੈ, ਧਰਤੀ ਤੇ ਦੇਖਦਾ ਹੈ, ਕੌਣ ਮੈਨੂੰ ਕਿੰਨਾ ਪ੍ਰੇਮ ਪਿਆਰ ਕਰਦਾ ਹੈ, ਕੌਣ ਮੈਨੂੰ ਕਿੰਨਾ ਜਾਣਦਾ ਹੈ, ਕਿੰਨਾ ਸਮਾਂ ਦਿੰਦਾ ਹੈ। ਅੱਜ ਇਨਸਾਨ ਵੀ ਆਪਣੇ ਆਪ ਤੋਂ ਦੁਖੀ ਹੈ ਔਰ ਪਰਮੇਸ਼ਵਰ ਦੇ ਪਿੱਛੇ ਨਹੀਂ ਚੱਲਦਾ, ਇਸੇ ਲਈ ਇਨਸਾਨ ਦੁਖੀ ਹੈ, ਦੁੱਖ ਦੇ ਵਿੱਚ ਰਾਤ ਵੀ ਦੁੱਖਾਂ ਦੇ ਵਿੱਚ ਲੰਘਦੀ ਹੈ। ਸਮਝ ਲੱਗ ਰਹੀ ਹੈ? ਔਰ ਪਰਮੇਸ਼ਰ ਨੇ ਪੂਰੀ ਧਰਤੀ ਤੇ ਨਿਗਾਹ ਮਾਰੀ ਔਰ ਇੱਕ ਇਨਸਾਨ ਧਰਮੀ ਮਿਲਿਆ, ਬਾਕੀ ਸਭ ਦੇ ਸਭ ਪਾਪੀ ਮਿਲੇ। ਔਰ ਪਰਮੇਸ਼ਰ ਨੇ ਮਨ ਦੇ ਵਿੱਚ ਦਿਲ ਦੇ ਵਿੱਚ ਸੋਚਿਆ ਕਿ ਮੈਂ ਦੁਨੀਆ ਨੂੰ ਮਿਟਾ ਦਿਆਂਗਾ, ਜੋ ਮੈਂ ਧਰਤੀ ਤੇ ਦੁਨੀਆ ਬਣਾਈ ਹੈ, ਮੈਂ ਜੀਵ ਜੰਤੂ ਬਣਾਏ ਨੇ, ਪੰਛੀ ਬਣਾਏ, ਮੈਂ ਸਭ ਕੁਝ ਮਿਟਾ ਦਿਆਂਗਾ, ਜੋ ਮੈਂ ਬਣਾਇਆ ਉਹਨੂੰ ਢਾ ਦਿਆਂਗਾ। ਸਮਝ ਲੱਗ ਰਹੀ ਹੈ? ਇੰਨਾ ਦੁਖੀ ਹੋਇਆ ਪਰਮੇਸ਼ਵਰ, ਜਦੋਂ ਦੁਖੀ ਹੁੰਦਾ ਹੈ ਸਭ ਕੁਝ ਤਬਾਹ ਹੋ ਜਾਂਦਾ ਹੈ, ਔਰ ਪਰਮੇਸ਼ਵਰ ਜਦੋਂ ਖੁਸ਼ ਹੁੰਦਾ ਹੈ
ਤਾਂ ਬਰਕਤਾਂ ਹੀ ਬਰਕਤਾਂ ਦੇ ਬਰਸਾਤ ਹੁੰਦੀ। ਜ਼ੋਰ ਦੀ ਤਾਰੀਫ ਕਰੋ ਸਾਰੇ ਬਲਾ ਲੈ ਲਈਆ। ਇਸੇ ਲਈ ਪਰਮੇਸ਼ਰ ਨੂੰ ਖੁਸ਼ ਕਰਨਾ, ਪਰਮੇਸ਼ਰ ਦੇ ਪਿੱਛੇ ਚੱਲਦੇ ਰਹਿਣਾ, ਬਣੇ ਰਹਿਣਾ, ਯੀਸ਼ੂ ਮਸੀਹ ਦੇ ਪਿੱਛੇ ਚੱਲਣਾ। ਔਰ ਇੱਕ ਇਨਸਾਨ ਧਰਮੀ ਬਣਿਆ, ਧਿਆਨ ਪਰਮੇਸ਼ਰ ਨੇ ਇੱਕ ਫੈਸਲਾ ਲਿਆ, ਇੱਕ ਮਨ ਦੇ ਵਿੱਚ, ਦਿਲ ਦੇ ਵਿੱਚ ਦੁਖੀ ਹੋਇਆ, ਸੋਚਿਆ ਕਿ ਮੈਂ ਜੋ ਧਰਤੀ ਤੇ ਇਨਸਾਨ ਬਣਾਏ ਨੇ ਪਾਪ ਦਰ ਪਾਪ ਕਰੀ ਜਾ ਰਹੇ ਨੇ, ਪਾਪ ਵੱਧਦਾ ਜਾ ਰਿਹਾ ਹੈ, ਇਨਸਾਨ ਆਪਣੀਆਂ ਮਨ ਮਰਜ਼ੀਆਂ ਕਰਦਾ ਹੈ। ਪਰਮੇਸ਼ਰ ਦੁਖੀ ਹੋਇਆ, ਯੀਸ਼ੂ ਮਸੀਹ ਦੁਖੀ ਹੋਇਆ। ਪਰਮੇਸ਼ਰ ਦੇਖਦਾ ਹੈ, ਜਦੋਂ ਧਰਤੀ ਤੇ ਵੇਖਿਆ, ਪਰਮੇਸ਼ਰ ਨੇ ਧਰਤੀ ਵੱਲ ਨਿਗਾਹ ਮਾਰੇ ਤਾਂ ਦੇਖਿਆ, ਜ਼ੋਰ ਸੇ ਬੋਲਾ ਲੈ ਲਈਆ, ਕੀ ਲਿਖਿਆ ਹੈ? ਲਿਖਿਆ ਜਦੋਂ ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ ਦੁਖੀ ਹੋਇਆ, ਔਰ ਪਰਮੇਸ਼ਰ ਨੇ ਇੱਕ ਮਨ ਵਿੱਚ ਸੋਚਿਆ ਕਿ ਮੈਂ ਪੂਰੇ ਧਰਤੀ ਨੂੰ ਮਿਟਾ ਦਿਆਂਗਾ, ਜੋ ਮੈਂ ਬਣਾਇਆ ਉਹ ਢਾ ਦਿਆਂਗਾ। ਸਮਝ ਲੱਗ ਰਹੀ? ਅੱਜ ਜਦੋਂ ਕੋਠੀਆਂ ਬਣਾਉਂਦੇ ਆ, ਜਦੋਂ ਜ਼ਮੀਨ ਜਾਇਦਾਦ ਬਣਾਉਂਦੇ ਆ ਬੱਚਿਆਂ ਦੇ ਲਈ, ਔਰ ਬੱਚੇ ਜਦੋਂ ਕਹਿਣਾ ਮੰਮੀ ਡੈਡੀ ਤੇਰਾ ਮੰਜਾ ਗੇਟ ਕੋਲ, ਇਨਸਾਨ ਦੁਖੀ ਹੁੰਦਾ ਕਿ ਨਹੀਂ? ਮਾਤਾ ਪਿਤਾ ਕਿੰਨਾ ਮਨ ਦੇ ਵਿੱਚ ਦੁੱਖ ਆਉਂਦਾ ਹੈ, ਆਉਂਦਾ ਕਿ ਨਹੀਂ? ਇਹਨਾਂ ਹੱਥਾਂ ਦੇ ਨਾਲ ਮਿਹਨਤ ਕੀਤੀ, ਰਾਤ ਪਰ ਦਿਨ ਤਰੱਕੀ ਕੀਤੀ, ਪਰ ਇਹ ਸਾਡਾ ਨਹੀਂ ਬਣਿਆ, ਦੁੱਖ ਆਉਂਦਾ ਹੈ। ਵੇਖਦੇ ਆ ਜਦੋਂ ਇਹਨਾਂ ਹੱਥਾਂ ਦੇ ਨਾਲ ਮਿਹਨਤ ਕੀਤੀ, ਜਦੋਂ ਸਭ ਕੁਝ ਵਿਅਰਥ ਹੋ ਜਾਂਦੀ ਹੈ, ਜੋ ਬਣਾਇਆ ਇਨਸਾਨ ਪਛਤਾਉਂਦਾ ਹੈ ਕਿ ਮੈਂ ਨਾ ਬਣਾਉਂਦਾ, ਅੱਜ ਬਣਾਇਆ ਹੈ, ਦੁਖੀ ਹੋਇਆ। ਪਰਮੇਸ਼ਰ ਨੇ ਮਨ ਦੇ ਸੋਚਿਆ ਕਿ ਇਹਨਾਂ ਸਰੀਰਾਂ ਨੂੰ ਮੈਂ ਧਰਤੀ ਤੋਂ ਮਿਟਾ ਦਿਆਂਗਾ, ਧਰਤੀ ਜ਼ੁਲਮ ਨਾਲ ਭਰ ਗਈ ਹੈ, ਇਨਸਾਨ ਪਰਮੇਸ਼ਰ ਦੇ ਦੱਸੇ ਰਾਸਤੇ ਤੇ ਨਹੀਂ ਚੱਲਦਾ। ਕੀ ਲਿਖਿਆ? ਤਾਂ ਪਰਮੇਸ਼ਰ ਨੇ ਧਰਤੀ ਨੂੰ ਡਿੱਠਾ ਤੇ ਵੇਖੋ ਵਿਗੜੀ ਹੋਈ ਸੀ, ਕਿਉਂ? ਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਤੇ ਵਿਗਾੜ ਲਿਆਏ, ਸਾਰੇ ਸਰੀਰਾਂ ਨੇ ਧਰਤੀ ਤੇ ਆਪਣੇ ਮਾਰਗ ਨੂੰ, ਆਪਣੇ ਰਾਸਤੇ ਨੂੰ ਵਿਗਾੜ ਲਿਆਏ। ਇਨਸਾਨ ਵਿਗੜ ਗਿਆ ਹੈ, ਧਰਤੀ ਵਿਗੜ ਗਈ ਹੈ, ਧਰਤੀ ਸ਼ਰਾਪਤ ਹੋ ਗਈ ਹੈ, ਇਨਸਾਨ ਪਾਪ ਗਲਤੀਆਂ ਕਰੀ ਜਾ ਰਹੇ ਸੀ। ਇੰਨਾ ਜ਼ਿਆਦਾ ਪਾਪ ਪਰਮੇਸ਼ਰ ਨੂੰ, ਯੀਸ਼ੂ ਮਸੀਹ ਨੂੰ ਪਰਮੇਸ਼ਰ ਨੇ ਦੇਖਿਆ ਹੀ ਨਹੀਂ ਜਾਂਦਾ ਸੀ ਕਿ ਧਰਤੀ ਵੱਲ ਜਦੋਂ ਨਿਗਾਹ ਮਾਰਦਾ ਸੀ, ਜਿਸ ਏਰੀਏ ਵੱਲ ਨਿਗਾਹ, ਉਸ ਜਗ੍ਹਾ ਤੇ ਪਾਪ ਹੀ ਇੰਨਾ ਜ਼ਿਆਦਾ ਪਾਪ। ਔਰ ਪਰਮੇਸ਼ਰ ਨੇ ਸੋਚਿਆ ਕਿ ਧਰਤੀ ਮਿਟਾ ਦਿੱਤੀ ਜਾਏ, ਕਿਉਂ ਨਾ ਜੋ ਬਣਾਇਆ ਉਹ ਢਾ ਦਿੱਤਾ ਜਾਏ, ਚਾਹੇ ਜੀਵ ਜੰਤੂ ਹੈ, ਚਾਹੇ ਇਨਸਾਨ ਹੈ, ਸਭ ਕੁਝ ਮਿਟਾ ਦਿੱਤਾ ਜਾਏ। ਜਿਹਨੂੰ ਮੈਂ ਬਣਾਇਆ ਮੇਰਾ ਨਹੀਂ ਬਣਿਆ। ਪਰਮੇਸ਼ਰ ਦੁਖੀ ਹੋਇਆ, ਔਰ ਨੂਹ ਨਬੀ ਤੋਂ ਪਰਮੇਸ਼ਰ ਖੁਸ਼ ਹੋਇਆ। ਜ਼ੋਰ ਦੀ ਤਾਰੀਫ ਕਰੋ। ਏਦਾਂ ਦੇ ਧਰਮੀ ਬਣੋ, ਪਰਮੇਸ਼ਰ ਖੁਸ਼ ਹੋਏ। ਅੱਜ ਇਨਸਾਨ ਤੋਂ ਪਰਮੇਸ਼ਰ ਕੀ ਚਾਹੁੰਦਾ ਹੈ? ਕਿ ਧਰਮੀ ਬਣੇ, ਧਰਮ ਦੇ ਕੰਮ ਨੂੰ ਪ੍ਰਗਟ ਕਰੇ। ਪਰਮੇਸ਼ਰ ਸਮਾਂ ਗੁਜ਼ਾਰੇ, ਪਰਮੇਸ਼ਰ ਨੂੰ ਸਮਾਂ ਨਹੀਂ ਦਿੰਦਾ, ਆਪਣੇ ਆਪ ਨੂੰ ਪਰਮੇਸ਼ਰ ਦੇ ਲੇਖੇ ਨਹੀਂ ਲਾਉਂਦਾ ਇਨਸਾਨ। ਇਸੇ ਲਈ ਪਰਮੇਸ਼ਰ ਮਨ ਦੇ ਵਿੱਚ ਦੁਖੀ ਹੋਇਆ, ਦਿਲ ਦੇ ਵਿੱਚ ਦੁਖੀ ਹੋਇਆ। ਪਰਮੇਸ਼ਰ ਦੇਖਦਾ ਹੈ
ਯਿਸੂ ਮਸੀਹ ਦੇਖਦਾ ਹੈ ਕੌਣ ਕਿੰਨਾ ਪ੍ਰੇਮ ਪਿਆਰ ਕਰਦਾ ਹੈ, ਕੌਣ ਬਣਿਆ ਰਹਿੰਦਾ ਹੈ, ਕੌਣ ਮੇਰੇ ਲਈ ਕੀ ਕਰਦਾ ਹੈ, ਕਿੰਨੀ ਮਿਹਨਤ ਕਰਦਾ ਹੈ। ਪਰਮੇਸ਼ਰ ਦੇ ਵਿੱਚ ਮਿਹਨਤ ਕਰਨੀ, ਪਹਿਲਾ ਸਥਾਨ ਪ੍ਰਭੂ ਨੂੰ ਦੇਣਾ। ਜਿੰਨੇ ਜਨ ਅੱਜ ਪਹਿਲਾ ਸਥਾਨ ਦੇਣ ਦੇ ਲਈ ਪਰਮੇਸ਼ਰ ਹਜ਼ੂਰੀ ਵਿੱਚ ਆਏ ਨੇ, ਅਗਰ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ, ਝੂਠ ਦੀ ਤਾਰੀਫ ਕਰੋ। ਸਾਰੇ ਬੋਲਾ ਲੈ ਲਈਆ ਯਿਸੂ ਮਸੀਹ ਦੇ ਨਾਮ ਚ ਪੂਰੀ ਤਰ੍ਹਾਂ ਹਰ ਇੱਕ ਪ੍ਰੋਬਲਮ ਤੁਹਾਡੇ ਸਰੀਰਾਂ ਨੂੰ ਛੱਡ ਕੇ ਜਾਏਗੀ। ਕਦੋਂ ਪਰਮੇਸ਼ਰ ਦੇ ਵਿੱਚ ਬਣੇ ਰਹਿੰਦੇ ਆ, ਪਹਿਲਾ ਸਥਾਨ ਪ੍ਰਭੂ ਨੂੰ ਦਿੰਦੇ ਆ।